ਝੱਖੜ ਤੋਂ 2-3 ਦਿਨਾਂ ਬਾਅਦ ਖੇਤ ਆਇਆ ਅੱਜ, ਅਤੇ ਲੋਕਾਂ ਦੀਆਂ ਵੀਡੀਓ ਦੇਖ ਦੇਖ ਕੇ ਮਨ ਹੀ ਨਹੀਂ ਕਰਿਆ ਸੀ ਖੇਤ ਆਉਣ ਨੂੰ, ਕਿ ਖੇਤ ਖਲਾਰਾ ਪਿਆ ਹੋਊਗਾ ਕਿ ਮਨ ਖਰਾਬ ਹੋ ਜੂਗਾ ਦੇਖ ਕੇ। ਤਾਂ ਬੈਠੇ ਘਰ ਫੋਨ 'ਤੇ ਵੀਡੀਓ ਦੇਖ ਲਈਆਂ ਸੀ, ਲੋਕਾਂ ਦੇ ਬਹੁਤ ਜ਼ਿਆਦਾ ਖਲਾਰੇ ਪਏ ਹੈਗੇ ਕਣਕਾਂ ਦੇ, ਅਤੇ ਪਰ ਏਰੀਏ ਦੇ ਹਿਸਾਬ ਨਾਲ ਅਲੱਗ ਅਲੱਗ ਹਵਾ ਦੀ ਗੰਢ, ਕਿਤੇ ਵੱਧ ਸੀ ਕਿਤੇ ਘੱਟ ਸੀਗੀ। ਅਤੇ ਸਾਡੇ ਭਾਈ ਏਰੀਏ 'ਚ ਪਿਆ ਖਲਾਰਾ, ਇੱਥੇ ਵੀ ਜਿਹਨੂੰ ਪਾਣੀ ਲੱਗੇ ਨੂੰ ਥੋੜ੍ਹਾ ਜਿਹਾ ਟਾਈਮ ਹੋ ਗਿਆ ਸੀਗਾ, ਉਹ ਹਲੇ ਖੜੀਆਂ ਨੇ ਥੋੜ੍ਹੀਆਂ ਜਿਹੀਆਂ, ਅਤੇ ਪਰ ਵਿੱਚ ਜਿਹਦੇ ਪਾਣੀ ਲੱਗੇ ਹੋਏ ਸੀ ਉਹ ਥੋੜ੍ਹਾ ਜਿਹਾ ਜ਼ਿਆਦਾ ਸਿਸਟਮ ਖਰਾਬ ਹੋਇਆ, ਅਤੇ ਬਾਕੀ ਖੇਤ ਆਏ ਆ ਹੁਣ, ਦੇਖਦੇ ਅੱਗੇ ਜਾ ਕੇ ਆਪਣੀਆਂ ਕਣਕਾਂ। ਬੁਰਾ ਹਾਲ ਤਾਂ ਇੱਥੇ ਵੀ ਹੋਇਆ ਕਣਕਾਂ ਦਾ, ਅਤੇ ਕਿਤੇ ਭਾਈ ਖੜੀਆਂ ਵੀ ਨੇ ਐਵੇਂ, ਅਤੇ ਕਿਤੇ ਜਮੀ ਭੁੰਜੇ ਲੱਗ ਗਈਆਂ, ਅਤੇ ਇਹਨੂੰ ਵੀ ਪਾਣੀ ਲੱਗੇ ਹੁਣ ਤਾਂ ਟਾਈਮ ਹੋ ਗਿਆ ਸੀ, ਪਰ ਕਣਕਾਂ ਦੇ ਕੱਦ ਕਾਟ ਦੇ ਭਾਰ ਦੇ ਹਿਸਾਬ ਨਾਲ ਉਵੇਂ ਥੋੜ੍ਹਾ ਜਿਹਾ ਵੀ ਬਚਦੇ ਆ। ਇੱਧਰ ਸਾਡੇ ਥੋੜ੍ਹੀ ਜਿਹੀ ਪਰ ਖਲਾਰਾ ਤਾਂ ਫਿਰ ਵੀ ਬਹੁਤ ਪਿਆ ਹੋਇਆ ਗਾ। ਅਤੇ ਸਤਿ ਸ਼੍ਰੀ ਅਕਾਲ ਜੀ, ਸਾਰਿਆਂ ਨੂੰ ਸਵਾਗਤ ਆ ਸਾਰਿਆਂ ਦਾ ਨਵੇਂ ਬਲੌਗ 'ਚ। ਅੱਜ 14 ਚੇਤ 27 ਮਾਰਚ 2023, ਅਤੇ ਸੋਮਵਾਰ ਦਾ ਦਿਨ ਭਾਈ, ਸਮਾਂ ਸਵੇਰੇ ਦੇ 10:30 ਵਜੇ ਦਾ ਹੋਇਆ, ਅਤੇ ਦਾਸ ਚੱਕੀ 'ਤੇ ਆਏ ਸੀਗੇ ਪਿੱਛੇ ਆਟਾ ਪਿਆਉਣ, ਮੋਟਰਸਾਈਕਲ 'ਤੇ ਲੈ ਕੇ ਆਏ ਸੀ 2 ਗੱਟੇ, ਅਤੇ ਉੱਥੇ ਰੱਖ ਕੇ ਆਟਾ ਪੀਣਾ ਆਪਣਾ, ਅਤੇ ਖੇਤ ਆ ਗਿਆ। ਮੈਂ ਕਿਹਾ ਚੱਲ ਅੱਜ ਜਾ ਆਈਏ ਥੋੜ੍ਹਾ ਜਿਹਾ ਦੇਖ ਆਈਏ ਕਿਹੋ ਜਿਹਾ ਮਾਹੌਲ ਹੋਇਆ ਖੇਤਾਂ ਦਾ, ਅਤੇ ਬਾਕੀ ਵੀਡੀਓ 'ਚ ਦੇਖ ਦੇਖ ਕੇ ਪਤਾ ਹੀ ਲੱਗ ਗਿਆ ਸੀਗਾ ਕਿ ਜੱਟ ਮਾਰ ਬਹੁਤ ਹੋਈ ਹੈਗੀ। ਹਰੇਕ ਸਾਲ ਹੀ ਹੁੰਦੀ ਆ, ਪਰ ਇਸ ਵਾਰ ਜਿਹੜਾ ਬਕੈਨ ਵਾਲਾ ਪਿੰਡ ਆ ਉੱਧਰ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ, ਬਹੁਤ ਭਾਰੀ ਘਰਾਂ ਦਾ ਵੀ, ਬਾਗਾਂ ਦਾ ਵੀ, ਜਿਵੇਂ ਕਿ ਉਹ ਬਾਈ ਕਹਿ ਰਹੇ ਸੀ ਕਿ ਸਾਡਾ ਬਾਗਾਂ 'ਤੇ ਗੁਜ਼ਾਰਾ ਸੀਗਾ, 2-2, 2.5 ਕਿੱਲਿਆਂ ਵਾਲੇ ਜਿਹੜੇ ਆਮ ਹੁੰਦੇ ਹਾਂ ਅਸੀਂ ਮਿਡਲ ਕਲਾਸ ਫੈਮਲੀ ਵਾਲੇ, ਅਤੇ ਉਹਨਾਂ ਨੂੰ ਜ਼ਿਆਦਾ ਗਰੀਬ ਮਰ ਹੋਈ ਆ। ਅਤੇ ਆਹ ਦੇਖ ਲਓ ਆਪਣੇ, ਇਹਦੇ 'ਚ ਦੋਗੀਆਂ ਜਿਹੀਆਂ ਡਿੱਗੀਆਂ ਹੋਈਆਂ ਸੀਗੀਆਂ ਪਹਿਲਾਂ, ਅਤੇ ਇਹ ਵਿਛਾਤੀ ਜਮੀ ਮੀਂਹ ਨੇ ਵੀ, ਅਤੇ ਇੱਧਰ ਵੀ ਆਪਣੀ ਵਿਛੀ ਹੋਈ ਆ ਕਣਕ, ਅਤੇ ਪਰ ਕੀ ਕਰ ਸਕਦੇ ਹਾਂਗੇ, ਮਾਲਕ ਦੀ ਮਰਜ਼ੀ ਆ ਭਾਈ। ਖੈਰ ਧੰਨਵਾਦ ਵੀਡੀਓ 'ਤੇ ਕਲਿੱਕ ਕਰਨ ਵਾਸਤੇ, ਐਂਡ ਤੱਕ ਲਾਜ਼ਮੀ ਦੇਖੋ, ਲਾਈਕ ਪਹਿਲਾਂ ਹੀ ਕਰ ਦਿਓ, ਬਲੌਗ ਤੁਹਾਨੂੰ ਵਧੀਆ ਲੱਗਣ ਵਾਲਾ, ਅਤੇ ਨਵੇਂ ਚੈਨਲ 'ਤੇ ਸਬਸਕ੍ਰਾਈਬ ਕਰ ਲਿਓ, ਜੇ ਫੇਸਬੁੱਕ 'ਤੇ ਦੇਖ ਰਹੇ ਹੋ ਤਾਂ ਮੇਰਾ ਪੇਜ ਫੋਲੋ ਜ਼ਰੂਰ ਕਰ ਲਿਓ। ਅਤੇ ਬਾਕੀ ਮੁੰਡੇ ਇੱਧਰ ਆਪਣੇ ਖੇਤ ਪਹੁੰਚੇ ਹੋਏ ਆ, ਅਤੇ ਆਪਣਾ ਹੈਪੀ ਲਾਉਂਦਾ ਅੱਜ ਬਾਜਰਾ, ਅਤੇ ਉਹ ਕਿਹੜਾ ਟਰੈਕਟਰ, ਅਤੇ ਉਹ ਉੱਥੋਂ ਬਾਜਰੇ ਦੇ ਟਾਂਡੇ ਵੱਢ ਕੇ, ਅਤੇ ਪਹਿਲਾਂ ਤੋਂ ਜੁੜੇ ਹੋਏ ਜਿਹੜੇ ਆਪਣੇ ਵਲੌਗਾਂ ਨਾਲ ਚੈਨਲ ਨਾਲ, ਅਤੇ ਉਹਨਾਂ ਨੂੰ ਤਾਂ ਪਤਾ ਹੀ ਹੋਊਗਾ, ਅਤੇ ਉੱਥੇ ਪਰੇ ਲਾਉਣਗੇ, ਅਤੇ ਇਹਨਾਂ ਕੋਲ ਇੱਕ ਗੇੜਾ ਕੱਢਿਆ ਵਾਂਗੇ, ਮੈਂ ਕਿਹਾ ਨਾਲੇ ਚੱਲ ਖੇਤ ਗੇੜਾ ਵੱਜ ਜੂਗਾ, ਅਤੇ ਬਾਕੀ ਦਿਨ ਚਰਨ ਨਾਲ ਨਾਲ ਦਿਖਾਉਂਦੇ ਰਹਾਂਗੇ, ਅਤੇ ਐਂਡ ਤੱਕ ਜ਼ਰੂਰ ਦੇਖਿਓ, ਅਤੇ ਸਾਥ ਦਿਆ ਕਰੋ ਵੀਰ, ਬਣ ਕੇ ਲਾਈਕ ਜ਼ਰੂਰ ਕਰ ਦਿਆ ਕਰੋ, ਇਹਦੇ ਨਾਲ ਸਾਨੂੰ ਹੌਸਲਾ ਅਫਜਾਈ ਹੋ ਜਾਂਦੀ ਆ। ਬਾਕੀ ਚੰਗਾ ਮਾੜਾ ਜਿਹਾ ਜਿਹਾ ਲੱਗਦਾ ਕਮੈਂਟ ਕਰਕੇ ਜ਼ਰੂਰ ਦੱਸ ਦਿਆ ਕਰੋ ਤੁਸੀਂ, ਅਤੇ ਸਾਡੀ ਤਰਫ ਬਈ ਕਣਕਾਂ ਦਾ ਹਾਲ ਇਹੋ ਜਿਹਾ। ਚਲ ਆਹ ਪਾਸੇ 'ਤੇ ਵੱਜ ਗਿਆ ਫਾਂਟਾ ਲੱਗਣ ਨੂੰ, ਇੰਨਾ ਕੁ ਖੜ੍ਹੀ ਆ, ਅਤੇ ਫਿਰ ਆਹ ਪਾਸੇ ਵਾਲੇ ਓੜੇ ਨਹੀਂ ਵੱਢਣੇ ਪੈਣੇ, ਮਾੜਾ ਜਿਹਾ ਕਟਰ ਚੱਕ ਕੇ ਲੱਗ ਜੂ ਇੰਨੇ ਕੁ 'ਚ। ਅਤੇ ਬਾਕੀ ਇੱਥੇ ਆਪਾਂ ਲੱਗ ਗਏ ਸੀ ਜਿਹੜਾ ਆਪਣੇ ਵਾਲਾ ਬਾਜਰਾ, ਆਹ ਸੰਡੇ ਛੱਡ ਕੇ ਪਿਛਲੇ ਐਤਵਾਰ ਨੂੰ ਹੋ ਗਏ 8-9 ਦਿਨ, ਅਤੇ ਦੇਖਦੇ ਹਾਂ ਕਿਤੋਂ ਕੋਈ ਧੂਈ ਫੁੱਟੀ ਆ ਕਿ ਨਾ ਇਹਦੀ। ਅਤੇ ਬਾਕੀ ਹਾਲੇ ਤਾਂ ਮੌਸਮ ਭਾਈ ਸਾਫ਼ ਹੈਗਾ, ਅਤੇ 31-1-2 ਅਪ੍ਰੈਲ ਨੂੰ, ਅਤੇ ਇੱਥੇ ਜੇ ਫਿਰ ਭਾਈ ਮੌਸਮ ਆਪਣਾ ਫੋਨ ਨਾਲ ਨੈੱਟ ਵਾਲਾ ਖਰਾਬ ਦਿਖਾਈ ਦੇਈ ਜਾਂਦਾ ਗਾ, ਅਤੇ ਪਾਣੀ ਹਜੇ ਇੱਥੇ ਹੁਣੀ ਸੁੱਕਿਆ ਭਾਈ, ਮੀਂਹ ਝੱਖੜ ਪੂਰਾ ਤੇਜ਼ ਸੀ ਸਾਡੇ ਵੀ ਇੱਥੇ, ਅਤੇ ਅਜੇ ਫੁਟਾਰੇ ਦਾ ਹੋਣ ਨਹੀਂ ਲੱਗਿਆ, ਅਤੇ ਲਾ ਦਿੰਦਾ 2 ਕੁ ਹਫ਼ਤੇ ਫੁੱਟਣ ਨੂੰ ਇਹ, ਅਤੇ ਫਿਰ ਹਰਾ ਹੋਣ ਲੱਗੂਗਾ 2 ਕੁ ਹਫ਼ਤਿਆਂ 'ਚ ਇਹ, ਅਤੇ ਕਿਤੇ ਕਿਤੇ ਐਵੇਂ ਹੋਇਆ ਵੀ ਆ, ਕੋਈ ਪੱਤਾ ਨਿਕਲਿਆ ਹਰਾ ਦਿਖਾਈ ਵੀ ਜਾਂਦਾ ਗਾ, ਅਤੇ ਜੜ੍ਹ ਜੀ ਇਹਦੀ ਛੇਤੀ ਫੁੱਟਿਆ ਆਉਂਦੀ ਹੁੰਦੀ ਹੈਗੀ, ਅਤੇ ਇਹ ਟਾਂਡੇ ਹੌਲੀ ਹੌਲੀ ਫੁਟਾਰ ਕਰਨਗੇ। ਬਾਕੀ ਚੱਲਦੇ ਹਾਂ ਉਹ ਉੱਧਰ ਆਪਣੇ ਨੌਜਵਾਨਾਂ ਵੱਲ ਮਾਰਦੇ ਹਾਂ ਗੇੜਾ, ਅਤੇ ਇਸੇ ਤਰ੍ਹਾਂ ਹੀ ਇਹ ਬਾਜਰਾ ਲਾਉਣਾ ਜਿਹੜਾ ਆਪਣੇ ਨੌਜਵਾਨ ਉਹ ਸਾਹਮਣੇ ਵੱਢੀ ਜਾਂਦੇ ਨੇ, ਅਤੇ ਵੱਢ ਵੱਢ ਕੇ ਭਾਈ ਹੈਪੀ ਸਿੰਘ ਹੋਰੇ ਟਰਾਲੀ 'ਚ ਲੱਦੀ ਜਾਂਦੇ, ਕਿਉਂਕਿ ਉਹ ਪਰੇ ਪਿਛਲੇ ਖੇਤ 'ਚ ਲਾਉਣਾ ਗਾ, ਅਤੇ ਕੱਦ ਸੁੱਖ ਨਾਲ ਬਥੇਰਾ ਕਰਦਾ ਇਹ, ਅਤੇ ਜਿਵੇਂ ਟਰਾਲੀ 11 ਫੁੱਟਾ ਟਰਾਲੀ ਤੋਂ ਬਾਹਰ ਆਈ ਜਾਂਦਾ, ਕੁਛ ਵਿੰਗਾ ਡੇਢਾ ਹੋ ਰਿਹਾ ਤਾਂ ਕਰਕੇ ਥੋੜ੍ਹਾ ਜਿਹਾ ਐਵੇਂ ਜੀ ਦਿਖ ਰਿਹਾ। ਅਤੇ ਬਾਕੀ 1-2 ਵੀਰਾਂ ਨੇ ਪੁੱਛਿਆ ਸੀ ਇਹਦੀ ਕਿਹੜੀ ਇਹ ਭਾਈ ਹੈਗੀ ਆ ਵਰਾਇਟੀ,
ਤੇ ਇਹ ਹੈਗਾ ਭਾਈ ਸੁਪਰ ਨੇਪੀਅਰ ਬਾਜਰਾ। ਇਹ ਜਿਹੜਾ ਹੈਗਾ ਇਹਦਾ ਕੁਆਲਿਟੀ ਆ ਜਾਂ ਬਰੀਡ ਆ ਕੁਛ ਵੀ ਆ, ਅਤੇ ਉੱਥੇ ਜਾ ਕੇ ਅੱਗੇ ਦਿਖਾਉਂਦੇ ਤੁਹਾਨੂੰ ਕੱਦ ਕਾਟ ਅਤੇ ਕਿਹੋ ਜਿਹਾ ਦਾ ਸਿਸਟਮ ਉਹਦਾ, ਅਤੇ ਇੱਕ ਨੌਜਵਾਨ ਅੱਗੇ ਲਟੋਪਿੰਗ ਹੁੰਦਾ ਉਹਦਾ ਹੈਗਾ, ਅਤੇ ਰੱਖ ਕੇ ਢੂਈ 'ਤੇ ਕੀ ਹਾਲ ਆ? ਵਧੀਆ ਭਰਾ ਵਧੀਆ, ਆਪ ਦੱਸੋ ਨਜ਼ਾਰੇ ਆ ਪੂਰੇ ਪੂਰੇ ਜਾਚ ਕੇ ਜਾਵਾਂ ਕਣਕਾਂ ਕਣਕਾਂ ਤਾਂ ਭਾਈ ਕਹਿੰਦਾ ਦੇਸੀ ਜਾਂਦਾ ਹਾਲ ਆ। ਅਤੇ ਸਾਡਾ ਏਰੀਆ ਬਾਈ ਕਈ ਬੰਦੇ ਪੁੱਛ ਲੈਂਦੇ ਕਿਹੜੇ ਏਰੀਏ ਤੋਂ, ਅਸੀਂ ਬਠਿੰਡਾ ਤੋਂ ਸਰਦੂਲਗੜ੍ਹ ਜਾਂਦੇ ਰੋਡ ਦੇ ਉੱਤੇ, ਸਾਡਾ ਪਿੰਡ ਪੈਂਦਾ ਤਲਵੰਡੀ ਸਾਬੋ ਦੇ ਨੇੜੇ, ਅਤੇ ਸਾਡੇ ਏਰੀਏ 'ਚ ਵੀ ਭਾਈ ਐਸੇ ਹਾਲ ਨੇਗੇ, ਕਣਕ ਦੇ ਪੂਰੇ ਘਰੋਲੇ ਪਏ ਪਏ ਆ, ਅਤੇ ਥੋੜ੍ਹੀਆਂ ਬਹੁਤੀਆਂ ਕਣਕਾਂ ਕਿਤੇ ਖੜੀਆਂ ਵੀ ਆ ਜਿਵੇਂ ਆਪਾਂ ਸ਼ੁਰੂ 'ਚ ਤੁਸੀਂ ਦੇਖਿਆ ਸੀਗਾ ਪਿੱਛੇ ਬਲੌਗ ਦੇ। ਅਤੇ ਇੱਧਰ ਭਾਈ ਸਾਹਿਬ ਗੱਗੂ ਅਤੇ ਪੱਪੂ ਅਤੇ ਬਾਕੀ ਭਾਈ ਬਿੱਲੇ ਹੋਰੇ, ਕੀ ਹਾਲ ਆ ਬਾਈ? ਲਾ ਰੱਖੀ ਆ ਡਿਊਟੀ, ਠੇਕਾ ਮਾਰ ਰੱਖਿਆ ਗਾ? ਚਲੋ ਵਧੀਆ ਚੰਗੀ ਗੱਲ ਆ। ਇਹ ਥੋੜ੍ਹਾ ਜਿਹਾ ਘਰੋਲੇ ਜਿਹਾ ਖਾ ਗਿਆ ਬਾਜਰਾ, ਇਹ ਨਾ ਪੱਪੂ ਜੇ ਆਹੀ ਹਾਲ ਰਹੇ ਤਾਂ ਪੱਪੂ ਕਹਿੰਦਾ ਠੇਕੇ ਹੀ ਲੈਣੇ ਪੈਣਗੇ। ਹਾਂਜੀ ਰੱਬ ਆਈ ਮਾਰਾਂ ਹੀ ਕਰਦਾ ਰਿਹਾ ਹੈਨਾ, ਠੀਕ ਹੈ ਬਾਹ ਹੈ ਉੱਧਰ ਅਤੇ ਛੱਟੀਆਂ ਕਾਹਦੀਆਂ ਪੱਟੀਆਂ ਤਾਂ ਨਰਮਾ ਤੋਂ ਹੁਣੋਂ ਹਟ ਗਿਆ। ਹਾਂ ਚੱਲ ਕੋਈ ਕੰਮ ਤਾਂ ਮਿਲ ਜੂ ਹੈ ਨਾ, ਪੱਪੂ ਕਹਿੰਦਾ ਜਿਹਨੇ ਕਰਨਾ ਉਹਦੇ ਵਾਸਤੇ ਤਾਂ ਕੰਮ ਮੁੱਕਦੇ ਨਹੀਂ, ਅਤੇ ਜਿਹਨੇ ਨਹੀਂ ਕਰਨਾ ਭਾਈ ਉਹ ਸਦਾ ਹੀ ਵਿਹਲਾ, ਜਿਵੇਂ ਆਪਾਂ ਅਕਸਰ ਹੀ ਇਹ ਗੱਲਬਾਤ ਕਰਦੇ ਰਹੇ ਆਪਣੇ ਬਲੌਗ 'ਚ ਹੈਂ। ਭਾਈ ਸਤਪਾਲ ਸਿੰਘ ਵਾਲੀ ਉਹਦਾ ਤਾਂ ਪੁੱਛ ਲਿਆ ਹਾਲ ਮੈਂ, ਬਸ ਕਹਿੰਦਾ ਤੈਨੂੰ ਪਤਾ ਹੀ ਆ ਤੇਰੇ ਸਾਹਮਣੇ ਹੈਗਾ। ਹਾਂ ਚਲ ਭਾਈ ਪੰਜਾਂ ਨੌਜਵਾਨਾਂ ਨੇ ਲਾ ਰੱਖੀ ਆ ਝੁੱਟੀ, ਅਤੇ ਸਾਰੇ ਹੀ ਵੱਢੋਗੇ ਕਿ ਕਿਹੜਿਆਂ ਦੇਖੋਗੇ ਕਿੰਨਾ ਕੁ ਲੱਗਦਾ ਜਿਹੜਾ ਬਚਿਆ। ਹਾਂ ਮੁੱਲ ਵੇਚਾਂਗੇ, ਤੂੰ ਨਹੀਂ ਲਾਉਣਾ ਪੱਪੂ, ਤੂੰ ਨਹੀਂ ਲਾਉਣਾ, ਤੂੰ ਨਹੀਂ ਲਾਉਣਾ। ਅਤੇ ਇਹਦੀ ਭਾਈ ਵਰਾਇਟੀ ਦੁਬਾਰੇ ਫਿਰ ਦੱਸ ਦਿੰਦੇ ਹਾਂ, ਇਹਦਾ ਨਾਂ ਬਾਜਰੇ ਦਾ ਸੁਪਰ ਨੇਪੀਅਰ, ਤੁਸੀਂ ਯੂਟਿਊਬ 'ਤੇ ਸਰਚ ਕਰ ਸਕਦੇ ਹੋ। ਸਾਨੂੰ ਬਹੁਤ ਸਾਲ ਹੋ ਗਏ ਲਾਉਂਦਿਆਂ ਨੂੰ, ਹਾਂ ਹਰਾ ਨਹੀਂ ਮੁੱਕਦਾ, ਚਾਰ ਵਾਢਾਂ ਤੁਸੀਂ ਲੈ ਸਕਦੇ ਹੋ, ਅਤੇ ਇਹਨੂੰ ਥੋੜ੍ਹਾ ਜਿਹਾ ਕੱਚੇ ਨੂੰ ਵਾਢਾ ਲਾਵੇ ਤਾਂ ਕੰਮ ਸਹੀ ਰਹਿੰਦਾ ਗਾ। ਅਤੇ ਹੈ ਉਹ ਵੱਢ ਲਾ ਦੋ ਡਾਂਡਾ, ਕੋਈ ਨਾ ਤੇਰੀ ਵੀ ਵਾਰੀ ਆਊਗੀ, ਤੂੰ ਵੱਢ ਲਾ ਦੋ ਭਰੀਆਂ ਕੋਈ। ਹਾਂ ਦੱਸ, ਹਾਂ ਚੱਲ ਹਾਈ ਕਹਿ ਲਾ ਫਿਰ ਕੁਛ ਐਂ ਭਾਈ। ਅਤੇ ਇਹਦਾ ਐਂ ਆ ਤੋੜਾ ਤਾਂ ਪਹਿਲਾਂ ਐਂ ਪੈਂਦਾ ਗਾ, ਹਰਾ ਵੱਢਣ ਵਿੱਚ ਲਾਲਚ ਹੋ ਜਾਂਦਾ ਕਿ ਚੱਲ ਦੋ ਦਿਨ ਹਰਾ ਵਗ ਜੂਗਾ ਘਰੇ ਹੈ ਨਾ, ਅਤੇ ਉਦੋਂ ਕੋਈ ਇਹਨੂੰ ਆ ਰੱਖਦਾ ਨਹੀਂ, ਇਹ ਮਗਰੋਂ ਐਂਡ ਵਾਲੀ ਵਾੜ 'ਚ ਮਤਲਬ ਤੀਜੀ ਕੁ ਵਾੜ 'ਚ ਜਾਂ ਚੌਥੀ 'ਚ, ਚੌਥੀ 'ਚ ਛੱਡਿਆ ਤਾਂ ਛੋਟਾ ਹੁੰਦਾ ਇਹ, ਚੌਥੀ 'ਚ ਮਗਰੋਂ ਪਾਲਾ ਜਾਂ ਮੰਨ ਜਾਂਦਾ ਉਦੋਂ ਬਾਹਲਾ ਫੁੱਟਦਾ ਨਹੀਂ, ਤੀਜੀ ਵਾੜ 'ਚ ਅਸੀਂ ਇਹਨੂੰ ਆਹ ਛੱਡ ਲੈਂਦੇ ਹੁੰਦੇ ਹਾਂਗੇ, ਅਤੇ ਇਹ ਲਾਉਣਾ ਸੌਖਾ ਗਾ। ਅਤੇ ਬਾਕੀ ਤਰੀਕੇ ਤੁਹਾਨੂੰ ਪਤਾ ਹੀ ਆ ਬਹੁਤੇ ਵੀਰਾਂ ਨੂੰ, ਜਿਹਨਾਂ ਨੂੰ ਨਹੀਂ ਪਤਾ ਅਸੀਂ ਤਿੰਨ ਤਰੀਕਿਆਂ ਨਾਲ ਲਾ ਲੈਂਦੇ ਹੁੰਦੇ ਹਾਂਗੇ। ਅਤੇ ਇੱਕ ਤਾਂ ਇਹੀ ਐਵੇਂ ਜਿਵੇਂ ਸਾਰਿਆਂ ਤੋਂ ਸੌਖਾ ਅਤੇ ਆਸਾਨ ਤਰੀਕਾ, ਜਿੱਦਾਂ ਆਪਾਂ ਪਹਿਲੀ ਵਾਰ ਲਾਇਆ ਸੀ ਉੱਦਾਂ ਵੀ ਦੱਸਿਆ ਸੀ ਉਸ ਬਲੌਗ 'ਚ ਕਿ ਇਹਨੂੰ ਸਿੱਧਾ ਟਾਂਡੇ ਜਿਵੇਂ ਆ ਪਿੱਛੇ ਆਪਣੇ ਉਹ ਦੋ ਕਨਾਲਾਂ 'ਚ ਲੱਗਿਆ ਹੋਇਆ ਦਿਖਾ ਕੇ ਲਿਆਇਆ, ਹਾਂ ਇਹ ਤੀਜੀ ਵਾੜ ਦਾ ਛੱਡਿਆ ਹੋਇਆ। ਅਤੇ ਹਾਂ ਕੱਦ ਕਾਟ ਭਾਈ ਇਹਦਾ 15 ਫੁੱਟ ਤੱਕ ਵਗ ਜਾਂਦਾ, ਵਧੀਆ ਸਾਂਭ ਸੰਭਾਲ ਸੇਵਾ ਹੋਵੇ। ਅਤੇ ਦੂਜਾ ਤਰੀਕਾ ਇਹਦਾ ਲਾਉਣ ਦਾ, ਇਹਨੂੰ ਮੈਨੂੰ ਦੇ ਦਿਓ ਮੌਕਾ ਮੈਨੂੰ ਵੀ। ਦੂਜਾ ਭਾਈ ਤਰੀਕਾ ਇਹਦਾ ਲਾਉਣ ਦਾ, ਇਹਦੇ ਟੋਟੇ ਕਰਕੇ ਜਿਵੇਂ ਗਿੱਠ ਗਿੱਠ ਕਦੇ ਵੱਢ ਲਈਆਂ ਗੰਢਾਂ ਜਾਂ ਵਿਚਾਲੇ ਰੱਖ ਲਈਆਂ ਉਸ ਤਰ੍ਹਾਂ। ਅਤੇ ਤੀਜਾ ਤਰੀਕਾ ਇਹਦੀਆਂ ਜਿਹੜੀਆਂ ਥੱਲੇ ਜੜ੍ਹਾਂ ਵੱਜਦੀਆਂ ਅਤੇ ਪੱਟ ਕੇ ਕਹੀ ਨਾਲ ਅਤੇ ਕਸੌਲੀਆਂ ਨਾਲ ਕੱਟ ਵੱਢ ਕੇ ਇਹਨੂੰ, ਹਾਂ ਵੀ ਇਹ ਵੀ ਲੱਗ ਜਾਂਦੀਆਂ ਨੇ। ਅਤੇ ਇਹ ਤਰੀਕਾ ਸਾਰਿਆਂ ਨਾਲੋਂ ਥੋੜ੍ਹਾ ਜਿਹਾ ਔਖਾ ਤੀਜੇ ਵਾਲਾ, ਅਤੇ ਪਰ ਇਹਦੇ 'ਚ ਹਰਾ 10-15 ਦਿਨ ਪਹਿਲਾਂ ਹੋ ਜਾਂਦਾ ਦੂਜੇ ਨਾਲੋਂ, ਅਤੇ ਬਸ ਇਹੀ ਫਰਕ ਹੈਗਾ। ਅਤੇ ਬਾਕੀ ਨਜ਼ਾਰੇ ਇਸ ਵਾਜਰੇ ਦੇਖਦੇ ਪੱਪੂ, ਹਾਂਜੀ ਨੂਰ ਤਾਂ ਵਰਦਾ, ਕੰਮ ਤਾਂ ਬੇਟੇ ਕਰਨਾ ਪੈਂਦਾ। ਹਾਂ ਅਤੇ ਇਹੋ ਜੀ ਭਾਈ ਗੱਲਬਾਤ ਸਾਡੇ ਹਰੇ ਦੀ, ਅਤੇ ਬਾਕੀ ਮਾਰਦੇ ਗੇੜਾ ਹਜੇ। ਕੀ ਕਹਿੰਦਾ ਸੀ ਗੱਗੂ? ਕਹਾ ਤਾਂ ਦੱਸਿਆ ਨੀ, ਛੱਡ ਜੂ ਕੋਈ ਨਾ ਚੈੱਕ ਬਾਈ। ਕੁਛ ਤਾਂ ਪੱਪੂ ਇਹ ਪਾਣੀ ਵਾਲੇ ਕੈਂਪਰਾਂ ਨੀ ਕਦਰ ਮਾਰਤੀ ਨਲਕਿਆਂ ਦੀ ਹੈਨਾ, ਨਲਕੇ ਤਾਂ ਦੋ ਸੀਗੇ ਨਹੀਂ। ਹਾਂ ਤੇ ਬਾਕੀ ਕੱਖ ਕੰਡੇ ਘੱਟ ਹੋਣ
ਘੱਟ ਹੋਣ ਲੱਗ ਗਏ ਤੇ ਖੇਤ ਕੋਈ ਆਉਂਦਾ ਨੀ, ਮੇਰੇ ਵਰਗਾ ਮੋਟਰਸਾਈਕਲ ਤੇ ਆਉਂਦਾ ਮਾਰ ਕੇ ਕਿਹੜਾ ਚੈਲ ਬਈ ਘਰ ਨੂੰ। ਤੇ ਪਹਿਲਾਂ ਤਾਂ ਇੱਥੇ ਡੇਰੇ ਹੁੰਦੇ ਸੀ ਜਦੋਂ, ਉਦੋਂ ਫਿਰ ਸਾਫ਼ ਸਫਾਈ ਹੁੰਦੀ ਸੀ, ਆਪਾਂ ਇੱਥੇ ਸ਼ੌਂਕ ਨਾਲ ਪੂਰੇ ਐਂ ਫੁੱਲ ਪੌਦੇ ਲਾਏ ਹੋਏ ਸੀਗੇ, ਤੇ ਹੁਣ ਜਦੋਂ ਬਹਿਣੋ ਹਟ ਗਏ ਫਿਰ ਦਾਤੀ ਪਈ ਇਹਦੇ ਪਿੱਛੇ ਚੱਕ ਲਈ ਕੈਂਪਰ ਮੈਂ ਲੈ ਜੂ ਕੋਈ ਨਾ। ਇਹ ਆ ਭਾਈ ਜੱਟਾਂ ਦੀ ਅਸਲ ਜ਼ਿੰਦਗੀ, ਨਾ ਕਿ ਗੀਤਾਂ ਵਾਲੀ। ਇੱਥੇ ਖੇਤਾਂ 'ਚ ਖਾਫਾ ਖੂਨ ਹੁੰਦੇ ਆ, ਅਤੇ ਵੈਸੇ ਬਹੁਤੇ ਲੋਕ ਕੰਮ ਕਰਨ ਅੱਜ ਕੱਲ੍ਹ ਛੱਡੀ ਵੀ ਜਾਂਦੇ ਆ। ਹਰੇਕ ਚਾਹੁੰਦਾ ਕਿ ਭਾਈ ਮੇਰੇ ਚਿੱਟੇ ਪਾਏ ਹੋਣ, ਅਤੇ ਇੱਥੇ ਵੱਟ 'ਤੇ ਖੜ ਕੇ ਬਸ ਉਂਗਲ ਨਾਲ ਦੱਸ ਜਾਂ ਆਹ ਕੰਮ ਕਰ ਲਿਓ, ਅਤੇ ਮਹਿੰਗਾਈ ਦਿਨੋਂ ਦਿਨ ਤੇਜ਼ ਹੋਈ ਜਾਂਦੀ ਆ, ਅਤੇ ਖਰਚੇ ਵਧੀ ਜਾਂਦੇ ਆ, ਪੱਲੇ ਕੱਖ ਨਹੀਂ ਆਉਂਦਾ। ਅਤੇ ਫਿਰ ਇਹੀ ਦੁਨੀਆਦਾਰੀ ਆ, ਅਤੇ ਬਹੁਤਾ ਜ਼ਿਆਦਾ ਮੈਂ ਸਿਆਣਾ ਹੈ ਨਹੀਂ ਆ ਬਾਹਲਾ ਬੋਲਣ ਨੂੰ, ਅਤੇ ਬਸ ਜਿੰਨੀ ਕੁ ਗੱਲ ਆਪਦੇ ਮਨ ਦੀ ਹੁੰਦੀ ਹੈ ਕਦੇ ਕਦੇ ਕਰ ਦੇਣਾ, ਤਾਂ ਸਾਹ ਲਾਜ਼ਮੀ ਦੇ ਦਿਆ ਕਰੋ। ਖੈਰ ਹੁਣ ਚੱਲਦਾ ਮੈਂ ਘਰ ਨੂੰ, ਅਤੇ ਚੱਕੀ ਤੋਂ ਚੱਕਦੇ ਹਾਂ ਆਪਣਾ ਆਟਾ, ਅਤੇ ਅਗਲੀ ਗੱਲਬਾਤ ਫਿਰ ਕਰਦੇ ਹਾਂ ਘਰੀਂ ਆ ਕੇ। ਮਿਹਰਬਾਨੀ ਐ ਜਾਂਦੇ ਯੂਟਿਊਬ ਉੱਪਰ ਦੇ ਕੱਟੇ ਯੂਟਿਊਬ ਉੱਪਰ ਕਿੱਧਰ ਲੋਕ ਗਿਆ ਚੰਗਾ। ਬਹੁਤ ਬਹੁਤ ਧੰਨਵਾਦ ਸਾਰੇ ਵੀਰਾਂ ਭੈਣਾਂ ਦਾ ਵੀਡੀਓ ਨੂੰ ਐਂਡ ਤੱਕ ਦੇਖਣ ਵਾਸਤੇ। ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ, ਨਵੇਂ ਆਏ ਚੈਨਲ 'ਤੇ ਸਬਸਕ੍ਰਾਈਬ ਕਰ ਲਿਓ, ਜੇ ਫੇਸਬੁੱਕ 'ਤੇ ਦੇਖ ਰਹੇ ਹੋ ਤਾਂ ਪੇਜ ਨੂੰ ਫੋਲੋ ਕਰ ਲਿਓ, ਅਤੇ ਹੋ ਸਕੇ ਤਾਂ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰ ਲਿਆ ਕਰੋ, ਅਤੇ ਇਸੇ ਤਰ੍ਹਾਂ ਦੇਸੀ ਪ੍ਰਦੇਸੀ ਬਲੌਗ ਲੈ ਕੇ ਹਾਜ਼ਰ ਹੁੰਦੇ ਰਹਾਂਗੇ। ਮਿਲਦੇ ਹਾਂ ਕੱਲ੍ਹ ਨੂੰ ਨਵੇਂ ਬਲੌਗ ਦੇ ਨਾਲ। ਸਤਿ ਸ਼੍ਰੀ ਅਕਾਲ ਜੀ, ਜੁੜੇ ਰਹੋ।